एक नूर ते एक नूर ते सब जग कौन भले को मंदे
Thank you.
Oh,
रंगी रंगी पाती कर कर जिनसी माया जिन उपाय रंगी रंगी पाती कर कर जिनसी माया कई बार आप जी ने श्रवण किया है और दुखांत यह है कि असी गुरबाणी नू डीपली नेड़े हो के नहीं समझते नहीं पढ़ते उनके नाल नवे नवे शंके भी पैदा हो सकते ਕਿੰਨੀ ਦੇਰ ਸਮਝੀਏ ਨਾ ਭਰਮ ਪੈਦਾ ਹੋਣਗੇ ਸ਼ੰਕੇ ਪੈਦਾ ਹੋਣਗੇ ਤੇ ਜਦੋਂ ਗੁਰਬਾਣੀ ਨੂੰ ਸਮਝ ਲਵਾਂਗੇ ਸ਼ੰਕੇ ਨਿਵਰਤ ਹੋਣਗੇ ਤੇ ਗੁਰਬਾਣੀ ਨੂੰ ਸਮਝਣ ਲਈ ਪਹਿਲੇ ਵੀ ਕਈ ਵਾਰ ਸ਼ਬਦ ਦੇ ਅੰਦਰ ਜਿਹੜੀ ਸ਼ਬਦਾਵਲੀ ਰੱਖੀ ਗਈ ਹੈ ਉਹਦੇ ਵਿੱਚ ਭੇਦ ਛੁਪਿਆ ਹੋਇਆ ਹੈ ਹੁਣ ਆਪਾਂ ਇਹ ਸ਼ਬਦ ਕਈ ਵਾਰ ਸੁਣਿਆ ਪੜ੍ਹਿਆ ਸ਼ੰਕਾ ਖੜਾ ਹੋ ਜਾਏਗਾ ਦੁਨੀਆਂ ਅੰਦਰ ਕੋਈ ਮਾੜਾ ਚੰਗਾ ਨਹੀਂ ਸਾਰੇ ਰੱਬ ਦੇ ਪੈਦਾ ਕੀਤੇ ਹੋਏ ਕਿਸੇ ਨੂੰ ਅਸੀਂ ਭਲਾ ਜਾਂ ਮੰਦਾ ਆਖਣਾ ਗੁਣਾ ਹੈ ਕਿਉਂ ਆਖਣੇ ਆਖਰ ਇਸ ਧਰਤੀ ਤੇ ਹੇਠ ਨਰਮੀ ਤੋਂ ਪੈਦਾ ਹੋਇਆ ਹੈ ਉਹਨੂੰ ਕੀ ਆਖੋਗੇ ਇਸ ਧਰਤੀ ਤੇ ਔਰੰਗਜ਼ੇਬ ਵੀ ਤਾਂ ਪੈਦਾ ਹੋਇਆ ਹੈ ਕੀ ਆਖੋਗੇ ਇਸ ਧਰਤੀ ਤੇ ਚੰਦੂ ਵੀ ਤਾਂ ਪੈਦਾ ਹੋਇਆ ਹੈ ਗੰਗੂ ਵੀ ਤਾਂ ਪੈਦਾ ਹੋਇਆ ਇਸ ਧਰਤੀ ਤੇ ਵਜੀਦ ਖਾਂ ਵੀ ਤਾਂ ਪੈਦਾ ਹੋਇਆ ਹੈ ਵਜੀਦ ਇਸ ਧਰਤੀ ਤੇ ਮੀਰ ਮੰਨੂ ਵੀ ਤਾਂ ਪੈਦਾ ਹੋਇਆ ਹੈ ਜਿਹੜਾ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਮਾਵਾਂ ਦੀਆਂ ਗੋਦੀਆਂ ਵਿੱਚ ਖੋ ਕੇ ਨੇਜ਼ਿਆਂ ਤੇ ਟੰਗਦਾ ਹੈ ਮੁੜ ਟੁਕੜੇ ਕਰਦਾ ਹੈ ਹਾਰ ਪਰੋਂਦਾ ਹੈ ਮਾਵਾਂ ਦੇ ਗਲ ਉਹ ਤਰਸ ਹੀ ਨਹੀਂ ਆਉਂਦਾ ਕੀ ਆਖੋਗੇ ਦਇਆ ਹੀ ਨਹੀਂ ਆਉਂਦੀ ਤੇ ਇੱਕ ਖਿਆਲ ਕਰਿਓ ਬਾਣੀ ਆਖਦੀ ਹੈ ਜਿੱਥੇ ਦਇਆ ਨਹੀਂ ਉੱਥੇ ਧਰਮ ਨਹੀਂ ਜਿਸ ਹਿਰਦੇ ਵਿੱਚ ਦਇਆ ਨਹੀਂ ਉੱਥੇ ਧਰਮ ਨਹੀਂ ਤਾਂ ਫਿਰ ਮੀਰ ਮੰਨੂ ਨੂੰ ਕੋਈ ਥਾਂ ਤੇ ਦੇਣੀ ਪੈ ਗਈ ਨਾ ਬਸ ਇੱਥੋਂ ਇੱਕ ਸ਼ੰਕਾ ਖੜਾ ਹੋ ਜਾਏਗਾ
ਬਾਬਾ ਕਬੀਰ ਆਖਦੇ ਨੇ ਕੌਣ ਭਲੇ ਕੋ ਮੰਨੇ। ਇੱਕ ਨੂਰ ਤੇ ਸਭ ਜਾਗਰੂਕ ਗਿਆ, ਕੋਈ ਮਾੜਾ ਚੰਗਾ ਨਹੀਂ। ਤੇ ਜੇ ਅਸੀਂ ਇਸ ਗੁਰਬਾਣੀ ਦੇ ਸ਼ਬਦ ਦੇ ਸ਼ਬਦਾਵਲੀ ਨੂੰ ਨਿਸ਼ਚਿਤ ਕਰਕੇ ਉਹਦੇ ਆਧਾਰ ਤੇ ਉਹਦੀ ਰੋਸ਼ਨੀ ਵਿੱਚ ਗੁਰਬਾਣੀ ਨੂੰ ਪੜ੍ਹਾਂਗੇ, ਸਮਝਾਂ ਸ਼ੰਕੇ ਨਿਵਰਤ ਹੋਣ। ਹੁਣ ਜ਼ਰਾ ਸ਼ਬਦਾਵਲੀ ਤੇ ਰੁਕਿਓ। ਇਸ ਸ਼ਬਦ ਵਿੱਚ ਤਿੰਨ ਲਫ਼ਜ਼ ਜਿਹੜੇ ਨੇ ਉਹ ਬੜੇ ਸਮਝਣ ਵਾਲੇ ਨੇ ਔਰ ਉਹ ਕੇਂਦਰੀ ਸ਼ਬਦ ਨੇ। ਉਸੇ ਦੇ ਦੁਆਲੇ ਸ਼ਬਦ ਦਾ ਬਾਕੀ ਸਾਰਾ ਪ੍ਰਭਾਵ ਹੈ। ਉਹ ਸ਼ਬਦ ਨੇ ਉਪਾਇਆ, ਉਪਜਿਆ। ਉਪਜਿਆ ਤੇ ਉਪਾਇਆ ਵਿੱਚ ਬੜਾ ਫਰਕ ਹੈ। ਉਪਜਿਆ ਹੈ ਪੈਦਾ ਹੋਇਆ, ਉਪਾਇਆ ਹੈ ਪੈਦਾ ਕੀਤਾ ਗਿਆ ਕਿਸੇ ਦੇ ਉਪਾਅ ਨਾਲ ਪੈਦਾ ਹੋਇਆ। ਉਪਾਇਆ ਉਪਜਿਆ ਪੈਦਾ ਹੋਇਆ, ਕਿਵੇਂ ਪੈਦਾ ਹੋਇਆ? ਕਿਸੇ ਨੇ ਪੈਦਾ ਕੀਤਾ। ਦੋ ਚੀਜ਼ਾਂ ਦਾ ਫਰਕ ਹੈ ਬੜਾ ਸੂਕਸ਼ਮ ਹੈ। ਇਹ ਦੋ ਲਫ਼ਜ਼ ਪਹਿਲੀ ਲਾਈਨ ਵਿੱਚ ਹੀ ਆ ਗਏ ਨੇ, ਪਹਿਲੀਆਂ ਦੋ ਲਾਈਨਾਂ ਵਿੱਚ ਦੋਨੋਂ ਲਫ਼ਜ਼ ਆ ਗਏ। ਪਰ ਇਹਨਾਂ ਦੋ ਲਫ਼ਜ਼ਾਂ ਦੇ ਅੰਦਰ ਇੱਕ ਲਫ਼ਜ਼ ਹੋਰ ਐਡ ਕਰ ਦਿੱਤਾ ਨੇ ਜਿਹੜਾ ਆਖਿਰ ਤੱਕ ਤੁਰਿਆ ਗਿਆ। ਮੈਂ ਇਹੋ ਚਾਹੁੰਦਾ ਹੁੰਦਾ ਕਿ ਆਪਾਂ ਇਹ ਅਕੈਡਮੀ ਦਾ ਨਾਂ ਕਿਉਂ ਰੱਖਿਆ ਸੀ? ਇੱਥੇ ਬੈਠ ਕੇ ਅਸੀਂ ਗੁਰਬਾਣੀ ਸਮਝਣੀ, ਵਿਚਾਰਨੀ। ਹੁਣ ਜ਼ਰਾ ਇਸ ਸ਼ਬਦ ਨੂੰ ਦੁਬਾਰਾ ਲਾਈਨਾਂ ਨੂੰ ਪੜ੍ਹਿਓ। ਸਭ ਤੋਂ ਪਹਿਲਾਂ, ਅਵਲ ਪਹਿਲਾਂ, ਜਿਸ ਤੋਂ ਪਹਿਲਾਂ ਹੋਰ ਕੋਈ ਨਹੀਂ ਸੀ, ਜਿਹਨੂੰ ਅਸੀਂ ਆਖਦੇ ਹਾਂ ਆਦਿ ਸੱਚ। ਜਿਸ ਤੋਂ ਪਹਿਲਾਂ ਹੋਰ ਕੋਈ ਨਹੀਂ ਸੀ, ਅਵਲ ਅੱਲਾਹ। ਸਭ ਤੋਂ ਪਹਿਲਾਂ ਉਹਨੇ ਨੂਰ ਪੈਦਾ, ਰੋਸ਼ਨੀ ਪੈਦਾ ਕੀਤੀ। ਨੂਰ ਦਾ ਮਤਲਬ ਹੁੰਦਾ ਰੋਸ਼ਨੀ, ਚਾਨਣ, ਜਗਮਗਾਹਟ। ਇਹੋ ਕਾਰਨ ਹੈ ਸੰਸਾਰ ਦੀ ਸਿਰਜਣਾ ਵਿੱਚ ਉਹਨੇ ਆਪਣੀ ਉਹ ਸਭ ਤੋਂ ਪਹਿਲਾਂ ਪੈਦਾ ਕੀਤੀ ਹੋਈ ਰੋਸ਼ਨੀ ਦੀ ਵਰਤੋਂ ਕੀਤੀ। ਦੂਸਰਾ ਸ਼ਬਦ ਵੀ ਪੜ੍ਹਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ। ਸਭ ਮੈਂ ਜੋਤ, ਜੋਤ ਹੈ ਸੋਏ। ਜੋਤ ਕੀ ਹੈ? ਰੋਸ਼ਨੀ ਦਾ ਕੇਂਦਰ। ਸਭ ਮੈਂ ਜੋਤ, ਜੋਤ ਹੈ ਸੋਏ। ਕਿਸ ਦੇ ਚੰਨ ਛੁਪੇਦ ਹੈ, ਕਿਉਂਕਿ ਜੋਤ ਵਿੱਚੋਂ ਚਾਨਣ ਪੈਦਾ ਹੁੰਦਾ ਹੈ। ਕਹਿੰਦੇ ਨੇ ਕਿਸ ਦੇ ਚਾਨਣ, ਕੁਦਰਤੀ ਐਸਾ ਪ੍ਰਕਰਨ ਚੱਲ ਪਿਆ ਤੇ ਮੈਂ ਦੇਖ ਰਿਹਾ ਪ੍ਰਕਰਨ। ਭਾਵੇਂ ਸ਼ਬਦ ਬੜਾ ਪ੍ਰਚਲਿਤ ਹੈ ਪਰ ਇਹ ਸਬਜੈਕਟ ਬੜਾ ਸਮਝਣ ਵਾਲਾ ਹੋ ਸਕਦਾ ਹੈ ਆਪਣੇ ਆਉਣ ਵਾਲੇ ਤਿੰਨੇ ਹੀ ਪ੍ਰੋਗਰਾਮਾਂ ਸਮੇਤ।
ਇਸ ਸਬਜੈਕਟ ਦੇ ਅਗਲੇ ਹਿੱਸੇ ਤੁਰੇ ਜਾਣ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਵਿੱਚ ਚਾਨਣ ਤੇ ਹੈ ਪਰ ਚਾਨਣ ਹੁੰਦਿਆਂ ਹੋਇਆਂ ਸਾਰਿਆਂ ਦੇ ਅੰਦਰ ਲੋਕਾਂ ਨੂੰ ਪਤਾ ਨਹੀਂ ਵੀ ਇਹ ਚਾਨਣ ਕਿਸ ਚੀਜ਼ ਦਾ ਹੈ। ਉਹ ਜੋਤ ਨੂੰ ਨਹੀਂ ਪਛਾਣ ਰਹੇ। ਜੋਤ ਨੂੰ ਕਿਸੇ ਲਈ ਅਗਲੀ ਲੈਣ ਕਹਿ ਦਿੱਤੀ। ਗਿਆਨ ਨਾਲ ਹੀ ਮਨੁੱਖ ਨੂੰ ਪਤਾ ਲੱਗਦਾ ਕਿ ਮੇਰੇ ਅੰਦਰ ਜਿਹੜੀ ਜੀਵਨ ਜੋਤ ਜਗ ਰਹੀ ਹੈ ਉਹਦਾ ਮੈਨੂੰ ਉੱਤੇ ਪਤਾ ਹੀ ਨਹੀਂ ਸੀ। ਉਸ ਪਾਸੇ ਤੁਰਨਾ ਚਾਹੁੰਦਾ ਉਸ ਸ਼ਬਦ ਪਰ ਕਹਿੰਦੇ ਨੇ ਉਸ ਮਾਲਿਕ ਨੇ ਅੱਲਾਹ ਨੇ ਸਭ ਤੋਂ ਪਹਿਲਾਂ ਨੂਰ ਚਾਨਣ ਪੈਦਾ ਕੀਤਾ। ਅੱਲਾਹ ਨੂਰ ਪਾਇਆ ਉਸਨੇ ਬਣਾਇਆ ਉਪਾਇਆ ਕੁਦਰਤ ਕੇ ਸਭ ਬੰਦੇ। ਹੁਣ ਉਸ ਚਾਨਣ ਤੋਂ ਉਸ ਨੂਰ ਤੋਂ ਉਪਾਏ ਦੇ ਨਾਲ ਸੰਬੰਧਿਤ ਹੈ। ਉੱਥੇ ਉਪਾਇਆ ਇੱਥੇ ਉਪਜਿਆ ਪਰ ਇੱਕ ਲਫ਼ਜ਼ ਜਿਹੜਾ ਪਹਿਲੀ ਵਾਰ ਨਹੀਂ ਆਇਆ ਪਹਿਲੀ ਲਾਈਨ ਵਿੱਚ ਉਹ ਦੂਜੀ ਵਿੱਚ ਐਡ ਕਰ ਦਿੱਤਾ ਗਿਆ ਉਹ ਹੈ ਇਹ ਉਸ ਮਾਲਿਕ ਦੇ ਇੱਕ ਨੂਰ ਤੋਂ ਪੈਦਾ ਹੋਇਆ ਉਹਦੀ ਰੋਸ਼ਨੀ ਤੋਂ ਸਾਰੇ ਸੰਸਾਰ ਨੇ ਜਨਮ ਲਿਆ। ਸ੍ਰੀ ਅਸਰੀ ਵਿਹਾਰ ਦੀ ਐਗਜ਼ਾਮਪਲ ਨਾਲ ਦੇਣਾ ਚਾਹੁੰਦਾ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਦੂਜੀ ਕੁਦਰਤ ਸਾਜੀ ਰੰਗੀ ਬਹੱਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਉਪਾਈ ਤੇ ਉਪਾ ਕੇ ਕਰ ਕਰ ਵੇਖਿਆ ਕੀਤਾ ਆਪਣਾ ਆਪਣੀ ਕਿਰਤ ਨੂੰ ਆਪਿਆ ਦੇਖਦਾ ਆਪਿਆ ਦੇਖਦਾ। ਹੁਣ ਦੇਖੋ ਇੱਥੇ ਇੱਕ ਲਫ਼ਜ਼ ਨੇ ਉਹ ਹੈ ਇੱਕ ਪਹਿਲਾਂ ਉਪਜਿਆ ਤੇ ਉਪਾਇਆ ਦੋ ਲਫ਼ਜ਼ ਵਰਤੇ ਨੇ ਫਿਰ ਉਪਜਿਆ ਤੇ ਉਪਾਇਆ ਕਿਤੇ ਬਹੁਤੇ ਨਾਲ ਨਾ ਜੁੜ ਜਾਏ ਸਾਡਾ ਦੁਕਾਨ ਕੀ ਹੈ ਅਸੀਂ ਉਪਜਿਆ ਤੇ ਉਪਾਇਆ ਇੱਕ ਤੇ ਨਹੀਂ ਛੱਡਿਆ ਕਿ ਸਿਰਜਣਹਾਰ ਇੱਕ ਹੈ ਕਰਤਾ ਪੁਰਖ ਇੱਕ ਹੈ ਅਸੀਂ ਅਕਾਲ ਪੁਰਖ ਨੂੰ ਆਪਣਾ ਕਰਤਾ ਸਿਰਫ ਨਹੀਂ ਮੰਨਿਆ ਬਦਲਦਾ ਗਿਆ ਸਾਡੇ ਪਿੰਡਾਂ ਵਿੱਚ ਕਿਸੇ ਨੇ ਫੂਕ ਮਾਰੀ ਨਹੀਂ ਬ੍ਰਹਮਾ ਕਰਤਾ ਹੈ ਸ੍ਰਿਸ਼ਟੀ ਤਾਂ ਬ੍ਰਹਮਾ ਨੇ ਬਣਾਈ ਹੈ ਸ੍ਰਿਸ਼ਟੀ ਤਾਂ ਬ੍ਰਹਮਾ ਨੇ ਬਣਾਈ ਹੈ ਬਲਕਿ ਬਚਿੱਤਰ ਨਾਟਕ ਨੇ ਇੱਥੋਂ ਤੱਕ ਕਰ ਦਿੱਤਾ ਜਿਹੜਾ ਅਸੀਂ ਰੋਜ਼ ਪੜ੍ਹ ਰਹੇ ਹਾਂ ਹੋਏ ਜਮਨ ਕਾਲ ਸਭ ਲੋਕ ਸਵਾਰਾ ਉਹ ਕਾਲ ਜਿਹਨੇ ਸਾਰਾ ਸੰਸਾਰ ਬਣਾਇਆ ਹੈ ਜਮਨ ਕਾਲ ਸਭ ਲੋਕ ਸਵਾਰਾ
जवन काल सब जगत बनायो ते फिर अकाल पुरख ने की बनाया जी काल ने बनाया ते फिर अकाल ते काल एक तो हो नहीं सकते वो मौत है वो जीवन है पर के भी अजीब गल है अस ये भी कहता जवन काल सब जगत बनायो देव दैत जक्षण उपजायो सारे उन्हें पैदा किया ते जे सारे उन्हें पैदा किया ते बाबा कबीर ये क्यों आख रहे ने एक मूल ते सब जग उपजया ਇਸੇ ਲਈ ਵਰਤ ਦਿੱਤਾ ਕਿ ਕੋਈ ਉਹਦਾ ਕਰਤਾ ਸੰਸਾਰ ਦਾ ਹੋਰ ਕਿਸੇ ਨੂੰ ਨਿਸ਼ਚਿਤ ਨਾ ਕਰ ਲੈ ਬਹੁਤੇ ਕਰਤਾ ਨਹੀਂ ਹੋ ਜਾਣ ਕਰਤਾ ਇੱਕੋ ਹੋਵੇ ਇਸੇ ਲਈ ਅਗਲੀਆਂ ਲਾਈਨਾਂ ਜਿੰਨੀਆਂ ਨੇ ਉਹਦੇ ਵਿੱਚ ਇੱਕ ਲਫ਼ਜ਼ ਨੂੰ ਨਹੀਂ ਕਿਹਾ ਗਿਆ ਉਪਜਿਆ ਲਫ਼ਜ਼ ਵਾਰ ਵਾਰ ਨਹੀਂ ਆਇਆ ਪਾਇਆ ਲਫਤ ਬਾਰ ਬਾਰ ਨਹੀਂ ਆਇਆ ਸਾਰਾ ਸ਼ਬਦ ਨੂੰ ਪੜ੍ਹੋ ਉਹੀ ਮੈਂ ਸਮਝੀ ਅਸੀਂ ਜਦੋਂ ਸ਼ਬਦ ਨੂੰ ਵਿਚਾਰ ਕੇ ਪੜ੍ਹਦੇ ਹਾਂ ਉਹਦੇ ਵਿੱਚ ਬਹੁਤ ਕੁਝ ਮਿਲਦਾ ਸਾਰਾ ਸ਼ਬਦ ਪੜ੍ਹੋ ਉਪਾਇਆ ਲਫਤ ਬਾਰ ਬਾਰ ਨਹੀਂ ਆਇਆ ਹਾਲਾਂਕਿ ਪ੍ਰਚਲਿਤ ਸ਼ਬਦ ਹੈ ਉਪਜਿਆ ਲਫਤ ਵੀ ਬਾਰ ਬਾਰ ਨਹੀਂ ਆਇਆ ਪਰ ਇੱਕ ਲਫਤ ਬਾਰ ਬਾਰ ਆਇਆ ਨਾਲ ਨਾਲ ਤੁਰਿਆ ਜਾਂਦਾ ਸਿਰਜਣ ਵਾਲਾ ਉਹਨੇ ਜਿਸ ਮਿੱਟੀ ਨਾਲ ਘੜਿਆ ਉਹ ਵੀ ਮਿੱਟੀ ਇੱਕੋ ਹੈ ਕਿਉਂਕਿ ਘੜਨ ਵਾਲਾ ਇੱਕ ਹੈ ਜਾਂ ਤੇ ਅਸੀਂ ਆਖੀਏ ਵੀ ਉਹ ਊਣਾ ਹੈ ਉਹਦੇ ਵਿੱਚ ਕੋਈ ਕਮੀ ਹੈ ਜਿਹੜਾ ਆਦਮੀ ਆਪ ਕਮੀ ਵਾਲਾ ਉਹ ਚੀਜ਼ ਕਦੀ ਪੂਰੀ ਨਹੀਂ ਬਣਾ ਸਕਦਾ ਤੇ ਗੁਰਬਾਣੀ ਆਖ ਰਹੀ ਹੈ ਪੂਰੇ ਕਾ ਕੀਆ ਸਭ ਕੁਝ ਪੂਰਾ ਹੁਣ ਇੱਥੇ ਵੀ ਉਹ ਲਫ਼ਜ਼ ਨੇ ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਸਾਜਨ ਹਾਰ ਉਸ ਅਵਲ ਅੱਲਾ ਨੇ ਜਿਹਨੇ ਏਕ ਨੂਰ ਤੋਂ ਪੈਦਾ ਕੀਤਾ ਹੈ ਉਹਨੇ ਇੱਕ ਮਿੱਟੀ ਤੋਂ ਇਹ ਸਾਰੇ ਭਾਂਡੇ ਘੜੇ ਨੇ ਹੁਣ ਨਾਲ ਨਾਲ ਇੱਕ ਗੱਲ ਸਮਝਣੀ ਹੈ ਕਿਉਂ ਆਖ ਰਹੇ ਨੇ ਕਿਉਂਕਿ ਆਪਣੇ ਵਿੱਚ ਆਉਂਦੇ ਕੋਈ ਕਮੀ ਨਹੀਂ ਇਸ ਲਈ ਕਿਸੇ ਭਾਂਡੇ ਵਿੱਚ ਵੀ ਕੋਈ ਕਮੀ ਨਹੀਂ ਲਓ ਇੱਥੇ ਰੁਕਣਾ ਹੈ ਸਾਡੇ ਲਈ ਜੇ ਨਹੀਂ ਸਮਝਿਆ ਕਿ ਦੇਸ਼ਨ ਕੇ ਪੈਦਾ ਹੋਣਗੇ ਇਹਦਾ ਮਤਲਬ ਸੰਸਾਰ ਦਾ ਹਰ ਇੱਕ ਮਨੁੱਖ ਜਿਹੜਾ ਹੈ ਉਹ ਸੰਪੂਰਨ ਹੈ ਸਾਨੂੰ ਸੋਚਣਾ ਪੈ ਕਹਿੰਦੇ ਨੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਿ ਛੁਪੋਚ ਪੋਚ ਦਾ ਮਤਲਬ ਕਮੀ ਆਪਾਂ ਬਾਬਾ ਰਾਮਦਾਸ ਜੀ ਦਾ ਵੀ ਇੱਕ ਸ਼ਬਦ ਪੜ੍ਹਨੇ ਉਹਦੇ ਕੋਈ ਪੋਚ ਲਫ਼ਜ਼ ਆਉਂਦਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਇੱਥੇ ਵੀ ਲਫ਼ਜ਼ ਕਹਿੰਦੇ ਨਾ ਕਿ ਛੁਪੋਚ ਮਾਟੀ ਕੇ ਭਾਂਡੇ ਇਸ ਮਿੱਟੀ ਦੇ ਭਾਂਡੇ ਵਿੱਚ ਵੀ ਕੋਈ ਕਮੀ ਨਹੀਂ ਤੇ ਕੁਮਾਰ ਜਿਹਨੇ ਮਿੱਟੀ ਦਾ ਭਾਂਡਾ ਘੜਿਆ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਕਿਉਂਕਿ ਕਿਰਤ ਵਿੱਚ ਕਮੀ ਤਾਂ ਇਹ ਸਾਬਤ ਕਰਦੀ ਹੈ ਕਿ ਕਰਤੇ ਵਿੱਚ ਵੀ ਜ਼ਰੂਰ ਕਮੀ ਹੋਏਗੀ ਇੱਕ ਆਮ ਗੱਲ ਜੇ ਕਿਰਤ ਵਿੱਚ ਕਮੀ ਆਖੀਏ ਫਿਰ ਤਾਂ ਕਰਤੇ ਵਿੱਚ ਕਮੀ ਹੋਏਗੀ ਤਾਂ ਹੀ ਕਿਰਤ ਵਿੱਚ ਕਮੀ ਆਈ ਹੈ ਇਸੇ ਲਈ ਬਾਬਾ ਕਬੀਰ ਜੀ ਨੇ ਲਫ਼ਜ਼ ਕਹਿ ਕੇ ਕਹਿੰਦੇ ਨੇ ਜਦੋਂ ਮੈਂ ਵੇਖਣਾ ਨਾ ਕਿ
छुपोच माटी के पांडे ना की छुपोच कुम्हारे कुम्हार बीच भी कोई पोच कमी नहीं कहन लगे क्यों मैनू ये दिसदा है इसलिए क्योंकि मैं देख रहा किरत विच करता आप बैठा सब मैं साचा एको सोई फिर मैं दोहरा दिया एक लफज जिहड़ा है वो नाल नाल तुरिया जा रहा है उपजिया ते उपाया नहीं बार बार तुरिया माटी भी एक है इत्थे भी सब मैं साचा ਇੱਕ ਇਸ ਲਾਈਨ ਦਾ ਆਰੰਭ ਉਹਦੇ ਚ ਵੀ ਇੱਕੋ ਲਫ਼ਜ਼ ਨਾਲ ਹੈ ਸਭ ਮੈਂ ਸਾਚਾ ਇੱਕੋ ਸੋਈ ਤਿਸਕਾ ਕੀਆ ਸਭ ਕੁਛ ਹੋਈ ਕੀਤਾ ਵੀ ਉਸੇ ਨੇ ਪਰ ਕੀ ਕਾਰਨ ਹੈ ਕਿ ਸਾਨੂੰ ਉਹ ਇੱਕ ਨਹੀਂ ਦਿਸਦਾ ਲੋ ਇੱਥੇ ਕਿਉਂ ਹੈ ਸਾਨੂੰ ਸੰਸਾਰ ਦਿਸਦਾ ਹੈ ਜਿਹੜਾ ਬਹੁਤ ਹੈ ਅਣਗਿਣਤ ਹੈ ਅਨੇਕ ਮਹਾਂਤਕਾਰ ਮਾਟੀ ਏਕ ਅਨੇਕ ਮਹਾਂਤਕਾਰ ਜਿਹੜਾ ਅਨੇਕ ਤਰੀਕਿਆਂ ਨਾਲ ਵੱਖ ਵੱਖ ਰੂਪਾਂ ਵਿੱਚ ਬਣਾਇਆ ਗਿਆ ਉਹ ਸਾਨੂੰ ਦਿਸਦਾ ਹੈ ਪਰ ਸਾਨੂੰ ਇੱਕ ਨਹੀਂ ਦਿਸ ਰਿਹਾ ਹੁਣ ਅਗਲੀ ਲਾਈਨ ਪੜ੍ਹੋ ਕਹਿੰਦੇ ਨੇ ਇੱਕ ਕਿਉਂ ਨਹੀਂ ਦਿਸ ਰਿਹਾ ਕਿਉਂਕਿ ਅਸੀਂ ਉਹਦੇ ਹੁਕਮ ਨਾਲ ਜੁੜ ਨਹੀਂ ਰਹੇ ਜਵਾਬ ਹੈ ਹੁਕਮ ਪਛਾਣੇ ਹੁਕਮ ਪਛਾਣੇ ਸੋ ਇੱਕੋ ਜਾਣੇ ਲਓ ਆ ਰਹਾ ਹੈ ਗੱਲ ਤਾਂ ਇੱਕ ਵੀ ਚੱਲ ਰਹੀ ਇੱਕ ਨੂੰ ਤੇ ਸਭ ਨੇ ਗੁਪਤ ਪਰ ਕੀ ਕਾਰਨ ਹੈ ਹੁਕਮ ਪਛਾਣੇ ਇੱਕ ਜਾਣੇ ਤੇ ਜੇ ਨਹੀਂ ਜਾਣਦਾ ਇੱਕ ਨੂੰ ਉੱਥੇ ਕੁਦਰਤ ਕੇ ਸਭ ਬੰਦੇ ਆਖਿਆ ਨੇ ਇੱਥੇ ਵੀ ਬੰਦੇ ਦਾ ਲਫ਼ਜ਼ ਹੈ ਕਹਿੰਦੇ ਨੇ ਜੇ ਮਾਲਕ ਨੂੰ ਆਪਣੇ ਸਿਰਜਣਹਾਰ ਨੂੰ ਆਪਣੇ ਕਰਤੇ ਨੂੰ ਵੀ ਨਹੀਂ ਪਛਾਣਦਾ ਤੇ ਸਮਝ ਲਓ ਉਹ ਬੰਦਾ ਹੀ ਨਹੀਂ ਲਓ ਫੈਸਲਾ ਕਿਹਦਾ ਵਜ਼ਿੰਦਾ ਹੁਕਮ ਪਛਾਣੇ ਸੋ ਇੱਕੋ ਜਾਣੇ ਅਗਲੀ ਲਾਈਨ ਬੰਦਾ ਕਹੀ ਹੈ ਸੋਈ ਸ਼ਬਦ ਹੋ ਗਈ ਨਾ ਬੰਦਾ ਹੀ ਉਹ ਹੈ ਇਹਦਾ ਮਤਲਬ ਇਹ ਹੋਇਆ ਰੱਬ ਬੰਦੇ ਬਣਾਉਂਦਾ ਪਰ ਮਨੁੱਖ ਬੰਦੇ ਨਹੀਂ ਰਹਿੰਦੇ ਕਿਹੜੀ ਅਜੀਬ ਗੱਲ ਹੈ ਉੱਥੇ ਕੁਦਰਤ ਕੇ ਸਭ ਬੰਦੇ ਹੈ ਇੱਥੇ ਕਹਿੰਦੇ ਬੰਦਾ ਕਹੀ ਹੈ ਸੋਈ ਇਹਨਾਂ ਤੋਂ ਸਾਰੇ ਬੰਦੇ ਬੰਦੇ ਨਹੀਂ ਰਹਿੰਦੇ ਰੱਬ ਬੰਦੇ ਬਣਾ ਰਿਹਾ ਪਰ ਅਸੀਂ ਬੰਦੇ ਨਹੀਂ ਰਹੇ ਫੈਸਲਾ ਗੁਰਬਾਣੀ ਦੇ ਇੱਕ ਇੱਕ ਲਫ਼ਜ਼ ਦੇ ਨੇ ਹੁਕਮ ਪਛਾਣੇ ਸੋ ਇੱਕੋ ਜਾਣੇ ਬੰਦਾ ਕਹੀ ਹੈ ਸੋਈ ਬੰਦਾ ਹੀ ਉਸਨੂੰ ਆਖਿਆ ਜਾਏਗਾ ਇਹਦਾ ਮਤਲਬ ਬੰਦਾ ਪੈਦਾ ਹੋ ਕੇ ਬੰਦਾ ਨਹੀਂ ਰਹਿ ਗਿਆ ਲਓ ਦੋ ਗੱਲਾਂ ਸਾਡੇ ਸਾਹਮਣੇ ਆ ਗਈਆਂ ਆ ਗਿਆ ਨਾ ਜਿਹੜਾ ਬੰਦਾ ਨਾ ਰਿਹਾ ਉਹਨੂੰ ਕੀ ਆਖੋ ਮੰਦਾ ਬੁਰਾ ਆਪਣਾ ਅਸਲਾ ਛੱਡ ਗਿਆ ਜੋ ਕੁਝ ਬਣਾਇਆ ਸੀ ਉਹ ਬਣਾ ਨਾ ਰਿਹਾ ਹੁਣ ਜ਼ਰਾ ਪਿੱਛੇ ਖੜੇ ਹੋਵੋ ਕੀ ਕੌਣ ਭਲੇ ਕੋ ਮੰਦੇ ਦਾ ਜਿਹੜਾ ਸਵਾਲ ਹੈ ਉਹ ਸ਼ੰਕਾ ਰੂਪ ਹੋ ਗਿਆ ਨਾ ਵੀ ਇਹਦਾ ਮੰਦਰ ਮਤਲਬ ਸੰਸਾਰ ਅੰਦਰ ਕੋਈ ਮਾੜਾ ਚੰਗਾ ਨਹੀਂ ਸਭ ਇੱਕੋ ਜਿਹੇ ਨੇ ਤੇ ਮੈਂ ਹਮੇ ਅਰਜ਼ ਕੀਤੀ ਸੀ ਫਿਰ ਮੀਰ ਮੰਨੂ ਨੂੰ ਕੀ ਆਖੋਗੇ ਫਿਰ ਚੰਦੂ ਗੰਗੂ ਨੂੰ ਕੀ ਆਖੋਗੇ ਫਿਰ ਔਰੰਗਜ਼ੇਬ ਨੂੰ ਕੀ ਆਖੋਗੇ ਉਹ ਛੱਡ ਦਿਓ ਸ੍ਰੀ ਆਸਾ ਜੀ ਦੀ ਵਾਰ ਦੇ ਦੋ ਸਲੋਕਾਂ ਨੂੰ ਸਾਹਮਣੇ ਰੱਖ ਲਓ ਕਿਉਂਕਿ ਹਰ ਗੱਲ ਦਾ ਜਵਾਬ ਸਾਨੂੰ ਬਾਣੀ ਵਿੱਚ ਮਿਲਦਾ ਹੈ ਕਿਉਂ ਸ੍ਰੀ ਆਸਾ ਜੀ ਦੀ ਵਾਰ ਦੇ ਲੜੀ ਵਾਰ ਕੀਰਤਨ ਹੋਇਆ
ਉਦੋਂ ਇਹ ਦੋ ਸਲੋਕਾਂ ਨੂੰ ਆਪੋ ਸਾਹਮਣੇ ਰੱਖਿਆ ਗਿਆ ਸੀ। ਇੱਕ ਹੈ ਸ੍ਰੀ ਆਸਾਰੀ ਦੀਵਾਰ ਦਾ ਦੂਜਾ ਸਲੋਕ, ਉੱਥੇ ਹੈ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਰ। ਤੈਨੂੰ ਕਿਉਂ ਬਾਹਰ ਬਾਣੀ ਨੂੰ ਸੋਚ ਕੇ ਪੜ੍ਹਨਾ। ਇਸ ਸਾਰੇ ਸਲੋਕ ਵਿੱਚ 13 ਲਫ਼ਜ਼ ਵਰਤਿਆ, ਕਿਉਂਕਿ ਸੱਚਾ ਉਹੀ ਹੈ ਜਿਹੜਾ ਤੇਰੇ ਨਾਲ ਜੁੜਿਆ, ਤੇਰੀ ਮਰਜ਼ੀ ਵਿੱਚ, ਤੇਰੀ ਮੁੱਠੀ ਵਿੱਚ, ਤੇਰੇ ਹੁਕਮ ਵਿੱਚ। ਹੁਕਮ ਪਛਾਣੇ ਸੋ ਇੱਕ ਹੋ ਜਾਣੇ, ਜਿਹੜਾ ਤੇਰੇ ਹੁਕਮ ਵਿੱਚ ਹੀ ਨਹੀਂ, ਜਿਹੜਾ ਤੇਰੇ ਨਾਲ ਸੰਬੰਧ ਤੋੜ ਬੈਠਾ, ਉਹ ਸੱਚਾ ਕਿਵੇਂ ਹੋਇਆ? ਇਸੇ ਲਈ ਇਸ ਸਲੋਕ ਦੇ ਹਰ ਇੱਕ ਲਾਈਨ ਨੂੰ ਪੜ੍ਹੋ, ਉੱਥੇ 13 ਲਫ਼ਜ਼ ਨਾਲ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਅਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣੀ ਹਰ ਇੱਕ ਨਾਲ ਤੇਰਾ ਸੱਚੇ ਦੀ ਗੱਲਾਂ। ਤੇ ਹੁਣ ਚਲੇ ਜਾਓ ਦਸਵੇਂ ਸਲੋਕ ਤੇ, ਉੱਥੇ ਵੀ ਸੰਸਾਰ ਦੀ ਗੱਲ ਪਰ ਉੱਥੇ 13 ਲਫ਼ਜ਼ ਨਹੀਂ ਵਰਤਿਆ। 13 ਲਫ਼ਜ਼ ਵਿੱਚੋਂ ਨਿਕਲ ਜਾਣ ਕਰਕੇ ਉੱਥੇ ਸਾਰਾ ਪ੍ਰਭਾਵ ਵੀ ਬਦਲ ਗਿਆ। ਹੁਣ ਪੜ੍ਹੋ ਉਸ ਦਸਵੇਂ ਸਲੋਕ ਨੂੰ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਮੁਖਤਲਿਫ ਵਿਰੋਧੀ, ਉੱਥੇ ਸੱਚਾ ਉੱਥੇ ਕੂੜਾ। ਸੱਚ ਤਾਂ ਵਿਰੋਧੀ ਸ਼ਬਦ ਹੈ ਨਾ ਕੂੜ। ਜੇ 13 ਲਫ਼ਜ਼ ਵਿੱਚ ਆ ਗਿਆ ਤਾਂ ਸਭ ਕੁਝ ਸੱਚ ਹੋ ਗਿਆ, ਤੇ ਜਿੱਥੇ 13 ਲਫ਼ਜ਼ ਵਿੱਚ ਨਹੀਂ ਆਇਆ ਉੱਥੇ ਸਭ ਕੁਝ ਕੂੜ ਹੋ ਗਿਆ। ਤੇ ਹੁਣ ਇਹ ਸਾਰਾ ਸਲੋਕ ਪੜ੍ਹੋ, ਇਹਦੇ ਵਿੱਚੋਂ 13 ਕਿੱਥੇ ਗਏ? ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਵਿਸਰਿਆ ਕਰਤਾਰ। ਇਸ ਲਈ ਵਿਸਰਿਆ ਕਰਤਾਰ ਕਰਕੇ ਸਭ ਕੁਝ ਕੂੜ ਹੈ। ਹੁਣ ਇਹਦਾ ਮਤਲਬ ਸੱਚ ਤੋਂ ਪੈਦਾ ਹੋਇਆ ਹੋਇਆ ਕੋਈ ਕੂੜ ਵੀ ਹੋ ਸਕਦਾ। ਕੌਣ ਭਲੇ ਕੋ ਮੰਦੇ ਦਾ ਮਸਲਾ ਜਿਹੜਾ ਉਹ ਕਿਵੇਂ ਖੜਾ ਹੋਏਗਾ, ਇਹਨੂੰ ਸਮਝਣਾ ਪਏਗਾ। ਆਪਣੀ ਕਸਮ ਤੂੰ ਆਖਰ ਨੇ ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨੇ ਹਾਲੀਏ, ਇਹਦਾ ਮਤਲਬ ਮੰਦਾ ਕਰਦਾ ਕੋਈ ਪੌੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਉਹਨੀ ਮੰਦੇ ਪੈਰ ਨਾ ਰੱਖੀ, ਮਤਲਬ ਮੰਦੇ ਪਾਸੇ ਪੈਰ ਵੀ ਕੋਈ ਰੱਖਦਾ ਹੈ ਫਿਰ ਕਿਵੇਂ ਆਖੋਗੇ ਕੌਣ ਭਲੇ ਕੋ ਮੰਦੇ ਹੈ? ਵਿਚਾਰ ਨਾ ਪਏਗਾ। ਸਮਾਂ ਹੋ ਗਿਆ, ਗੁਰੂ ਬਖਸ਼ਿਸ਼ ਕਰੇ ਕੱਲ੍ਹ ਨੂੰ ਆਪਾਂ ਅਗਲੇ ਇਸੇ ਸਬਜੈਕਟ ਨੂੰ ਅੱਗੇ ਲੈ ਕੇ ਤੁਰਾਂਗੇ ਕਿ ਭਰੇ ਤੇ ਮੰਦੇ ਦਾ ਫਰਕ ਕੀ ਹੈ, ਕਿਵੇਂ ਬਣਦੇ ਨੇ ਭਰੇ ਤੇ ਮੰਦੇ? ਕਿਉਂਕਿ ਜੇ ਮੰਦਾ ਕੋਈ ਨਹੀਂ ਆਖਿਆ ਜਾਏਗਾ ਤਾਂ ਫਿਰ ਤਾਂ ਨਤੀਜਾ ਹੀ ਨਿਕਲੇਗਾ, ਪਛਾਣ ਹੀ ਖਤਮ ਹੋ ਜਾਏਗੀ, ਪਾਪ ਪੁੰਨ ਕੀ ਸਾਰ ਨਾ ਜਾਣੇ ਭੂਲਾ ਫਿਰਿਆ ਜਾਏ ਇਹ ਹੋ ਜਾਏਗਾ, ਪਾਪ ਤੇ ਪੁੰਨ ਦੀ ਪਛਾਣ ਹੀ ਖਤਮ ਹੋ ਜਾਏ, ਚੰਗੇ ਤੇ ਮੰਦੇ ਦੀ ਪਛਾਣ ਖਤਮ ਹੋ ਜਾਏ।
ਪਰ ਇੱਥੇ ਉਪਾਇਆ ਤੱਕ ਹੈ। ਮੇਰਾ ਮਾਲਕ ਜਿਹੜਾ ਹੈ ਉਹ ਪੈਦਾ ਕਰਨ ਵਾਲਾ ਹੈ, ਉਹਨੇ ਜਿਸ ਨੂੰ ਪੈਦਾ ਕੀਤਾ ਹੈ ਉਹਨੇ ਕਿਸੇ ਨੂੰ ਮਾੜਾ ਬਣਾ ਕੇ, ਮਨੁੱਖ ਕੋਈ ਵੀ ਜਨਮ ਕਰਕੇ ਮਾੜਾ ਨਹੀਂ, ਉਹ ਮਾੜਾ ਬਣਦਾ ਕਦੋਂ ਹੈ, ਮੰਦਾ ਕਦੋਂ ਬਣਦਾ ਹੈ, ਆਪਾਂ ਸਵੇਰੇ ਵਿਚਾਰਾਂ। ਮੇਰਾ ਮਾਲਕ ਉਹਨੇ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜ ਨਾਰੇ, ਨਾ ਕਿਛ ਪੋਚ ਮਾਟੀ ਕੇ ਭਾਂਡੇ, ਨਾ ਕਿਛ ਪੋਚ ਭੰਭਾਰੇ। ਉਹ ਦੋਸ਼ੀ ਨਹੀਂ, ਉਹ ਮੰਦਾ ਨਹੀਂ, ਇਸ ਲਈ ਮੰਦਾ ਉਸਨੇ ਬੰਦਾ ਨਹੀਂ ਪੈਦਾ ਕੀਤਾ। ਬੰਦਾ ਜਦੋਂ ਪੈਦਾ ਹੋਇਆ ਹੈ ਉਦੋਂ ਮੰਦਾ ਨਹੀਂ। ਕਦੋਂ ਮੰਦਾ ਹੋਇਆ ਇਹ ਆਪਾਂ ਸਵੇਰੇ ਵਿਚਾਰਾਂਗੇ। ਬਾਬਾ ਕਬੀਰ ਜੀ ਦੇ ਸ਼ਬਦ ਅੱਜ ਦੀ ਲੜੀ ਮੁਤਾਬਕ ਅੱਜ ਸਮਾਪਤ ਹੈ। ਕਹਿੰਦੇ ਨੇ ਸੱਚ ਹੈ, ਇਸ ਲਈ ਉਹਨੇ ਸੱਚ ਪੈਦਾ ਕੀਤਾ ਹੈ। ਉਹਦੇ ਵਿੱਚ ਕੂੜ ਕਿਵੇਂ ਰਲਿਆ? ਬੰਦਾ ਮੰਦਾ ਕਦੋਂ ਹੋਇਆ, ਕਿਵੇਂ ਹੋਇਆ, ਇਹ ਆਪਾਂ ਸਵੇਰੇ ਵਿਚਾਰਾਂਗੇ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।